ਸਤਿਕਾਰਿਆ ਦਸਵੇਂ ਪਾਤਸ਼ਾਹ ਨੇ ਸਾਡਾ ਧੰਨਵਾਦ ਪੂਰਾ ਸ਼ੁਕਰਾਨਾ ਮੈਂ ਕਰਨਾ ਕਰਦਾ ਰਹੀ ਹਾਂ। ਸਤਿਗੁਰ ਪਿੱਛੇ ਹੋਇਆ ਮੇਰਾ ਮੁਕਤੀ
Thank you.
परम सत्कार जो गुरु फरूक बहादुर जय साहब जी को बहुत ही बड़े भगत आए हैं। अकाल परमात्मा ने बहुत बड़ी रहमत और बख्श की है। सारिया सिखता सतगुरु गुरु ग्रंथ साहब महाराज के मुकद विचारों के विच अपनी आत्मावां नूं सब दे केला भगती दे नाल जुड़ी बैठिया ने। अमृत वेले तो लै करके सतगुरु महाराज की निजी गोदा नाल मान लो आप सारे आनंद अनुभव कर रहे हो। साढ़े तो पहला सिरपुरम के सरदार ढाडी जी के पीछे बैठे कथा वाचक सारे ने सतगुरु सच्चे पातशाह महाराज के चरणों की हाजरियां प्राप्त हो गुरमती साज के इतिहास की साज की है। आओ सतगुरु गुरु ग्रंथ साहब ਜੋੜਿਆਂ ਦੀ ਸੇਵਾ ਕਰਨ ਵਾਲੇ ਉਹ ਵੀ ਆ ਕੇ ਆਪਣੇ ਗੁਰੂ ਪਹਿਲੇ ਜਨ ਸਟੇਜ ਤੋਂ ਹੁਣ ਮੈਂ ਬੇਨਤੀ ਕਰਦਾ ਸਰਦਾਰ ਲਖਮਣ ਸਿੰਘ ਜੀ ਖਾਲਪੁਰੀ ਉਹ 10-12-15 ਮਿੰਟ ਵਾਸਤੇ ਸਕਦਾ ਲਖਮਣ ਸਿੰਘ ਜੀ ਖਾਲਪੁਰੀ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਵਰਦਾਨ ਦਿੱਤਾ ਭਾਈ ਜੈਤਾ ਜੀ ਨੂੰ ਦਿੱਤਾ।
ਉਸਤੋਂ ਪਿੱਛੋਂ ਸਾਧੂ ਜੀ ਮਹਾਰਾਜ ਨੇ ਆਪਣੇ ਪਿਤਾ ਜੀ ਦੇ ਸੀਸ ਦਾ ਸੰਸਕਾਰ ਕੀਤਾ। ਪ੍ਰਭ ਸੰਗਤਾਂ ਜਿਹੜੀਆਂ ਸੀ ਮਰਾਜ ਦੇ ਉੱਤੇ ਜੁੜੀਆਂ ਹੋਈਆਂ ਕਰਦੇ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਭਾਈ ਜੈਤਾ ਜੀ ਨੂੰ ਕਿਹਾ ਕਿ ਦਿੱਲੀ ਦੀ ਦਾਸਤਾਨ ਸੰਤਾਂ ਦੇ ਰੱਖਾ ਜੀ ਕਰੋ। ਭਾਈ ਜੈਤਾ ਜੀ ਨੇ ਦਿੱਲੀ ਦੀ ਦਾਸਤਾਨ ਸੰਤਾਂ ਦੇ ਨਾਲ ਸਾਂਝੀ ਕੀਤੀ ਹੈ। ਕਰਦੇ ਵਾਲੇ ਪਾਤਸ਼ਾਹ ਜੀ ਨੇ ਕਿਹਾ ਕਿ ਜਦੋਂ ਪਿਤਾ ਜੀ ਨੂੰ ਸ਼ਹੀਦ ਕੀਤਾ ਗਿਆ ਕਿਸੇ ਨੇ ਹਾਰ ਦਾ ਨਾਰਾ ਨਹੀਂ ਮਾਰਿਆ ਕਿ ਪਿਤਾ ਜੀ ਨੂੰ ਸ਼ਹੀਦ ਨਾ ਕੀਤਾ ਜਾਵੇ। ਭਾਈ ਜੈਤਾ ਜੀ ਨੇ ਕਿਹਾ ਕਿ ਹਾਰ ਨਾਰੇ ਦੀ ਗੱਲ ਤਾਂ ਇੱਕ ਪਾਸੇ ਰੱਖੀ ਕਿਸੇ ਦੇ ਬੋਲ ਨਹੀਂ ਦੇ ਸਕਦੀ। ਖੜਾ ਹੋਵੇਗੀ ਅਤੇ ਉਹ ਇੱਕ ਕਹਿੰਦਾ ਹੁੰਦਾ
Bye.
Vaheguru Ji Ki Jai.
ਵੱਲੋਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ। ਹੁਣ ਗੁਰੂ ਜੀ ਦੇਗ ਵਰਤ ਗਈ ਆ, ਲੰਗਰ ਤਿਆਰ ਆ, ਸਾਰੀਆਂ ਸੰਗਤਾਂ ਨੂੰ ਬੇਨਤੀ ਆ ਵੀ ਲੰਗਰ ਛੱਕ ਕੇ ਜਾਣਾ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।